ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਵਿਖੇ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਿਆ ਕਿ ਪੰਜਾਬ ਬੋਰਡ ਦੇ ਵੱਲੋਂ 10ਵੀਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਿਸ ਦੇ ਵਿੱਚ ਇਸ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਪੂਰੇ ਪੰਜਾਬ 'ਚੋਂ ਪਹਿਲੇ ਅਤੇ ਦੂਜੇ ਨੰਬਰ 'ਤੇ ਬਾਜੀ ਮਾਰ ਦਿੱਤੀ ਹੈ। ਅਦਿਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦੂਜੇ ਸਥਾਨ 'ਤੇ ਅਲੀਸ਼ਾ ਨੇ ਮੋਹਰ ਲਗਾ ਦਿੱਤੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਕਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਧੁੰਮਾਂ ਪਾ ਦਿੱਤੀਆਂ, ਜਿਸ ਦੇ ਵਜੋਂ ਵਿਦਿਆਰਥੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਇਸ ਦੇ ਨਾਲ ਹੀ ਅਧਿਆਪਕਾਂ ਨੇ ਬੱਚਿਆਂ ਦੇ ਮੂੰਹ ਮਿੱਠੇ ਕਰਵਾ ਕੇ ਤੇ ਉਹਨਾਂ ਦਾ ਹੌਸਲਾ ਅਫਜਾਈ ਕੀਤੀ ਹੈ। ਅਲੀਸ਼ਾ ਸ਼ਰਮਾ, ਮੈਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮੈਂ ਪੜ੍ਹਦੀ ਹੂੰ। ਮੈਂ ਸੈਕਿੰਡ ਪੋਜੀਸ਼ਨ ਪੇ ਆਈ ਹੂੰ ਆਪਣੇ ਪੰਜਾਬ ਮੇਂ। ਕਿਵੇਂ ਲੱਗ ਰਿਹਾ ਅੱਜ ਸੈਲੀਬ੍ਰੇਟ ਕੀਤਾ ਜਾ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ। ਕੰਪੀਟੀਸ਼ਨ ਬਹੁਤ ਸੀ ਇਸ ਵਾਰ, ਕਿੰਨੇ ਬੱਚੇ ਅਪੀਅਰ ਹੋਏ ਨੇ? 3 ਲੱਖ ਦੇ ਅਕੋਰਡਿੰਗ ਆਈ ਥਿੰਕ ਅਪਰੋਕਸ ਅਪੀਅਰ ਹੋਏ ਨੇ, ਤਾਂ ਬਹੁਤ ਕੰਪੀਟੀਸ਼ਨ ਵੀ ਸੀਗਾ। ਮਿਹਨਤ ਕੀਤਾ ਦੀ ਰਹੀ, ਪੰਜਾਬ ਤੋਂ ਟੌਪ ਕੀਤਾ ਬਹੁਤ ਸੀਗੀ, ਟੀਚਰ ਦੀ ਵੀ, ਪੇਰੈਂਟਸ ਦੀ ਵੀ, ਸਾਰਿਆਂ ਦੀ ਸੀਗੀ। ਇਸ ਦਾ ਸਿਹਰਾ ਕਿਹਨੂੰ ਦਿੰਦੇ ਹੋ? ਆਈ ਥਿੰਕ ਮੈਂ ਆਪਣੇ ਸਾਰਿਆਂ ਨੂੰ ਦੇਣਾ ਚਾਹੂੰਗੀ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ, ਮੇਰੇ ਮਦਰ, ਫਾਦਰ ਔਰ ਮੇਰੇ ਟੀਚਰਸ। ਯੈਸ, ਬਹੁਤ ਖੁਸ਼ੀ ਵਾਲਾ ਮਾਹੌਲ ਆ, ਇਸ ਤਰੀਕੇ ਨਾਲ ਦੇਖ ਰਹੇ ਹਾਂ ਕਿ ਅਸੀਂ, ਸਾਨੂੰ ਮਹਿਸੂਸ ਹੋ ਰਿਹਾ ਕਿ ਸਾਨੂੰ ਆਪਣੇ ਬੱਚਿਆਂ 'ਤੇ, ਮੇਰੇ ਮੇਰੇ ਸਟੂਡੈਂਟਸ 'ਤੇ, ਮੇਰੇ ਟੀਚਰਸ 'ਤੇ, ਟੀਚਰਸ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ, ਕਿਉਂਕਿ ਜਿਹੜੀ ਪੁਰਾਣੀ ਫਿਰਕ ਚੱਲ ਰਹੀ ਆ ਕਈ ਸਾਲਾਂ ਤੋਂ ਅਸੀਂ ਚਲਾ ਰਹੇ ਹਾਂ, ਉਹਨੂੰ ਅਸੀਂ ਅੱਗੇ ਮੇਨਟੇਨ ਕਰਨ ਦੇ ਕਾਬਿਲ ਹੋਏ ਅਤੇ ਪਰਮਾਤਮਾ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ। ਆਮ ਤੌਰ 'ਤੇ ਮੈਮ ਗੱਲ ਕੀਤੀ ਜਾਂਦੀ ਹੈ ਕਿ ਬੱਚੇ ਕਹਿੰਦੇ ਕਿ ਟੀਚਰ ਅਤੇ ਪੇਰੈਂਟਸ ਦੇ ਸਹਿਯੋਗ ਦੇ ਨਾਲ ਜਿਹੜੀ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ, ਤਾਂ ਕਿਸ ਤਰੀਕੇ ਦੇ ਨਾਲ ਟੀਚਰ ਤੁਸੀਂ ਐਜ਼ ਆ ਪ੍ਰਿੰਸੀਪਲ ਕਿਵੇਂ ਦੇਖਦੇ ਹੋ ਬੱਚਿਆਂ ਦੇ ਵਿੱਚ ਇੱਕ ਟਾਈਪ ਦੀ ਮੋਟੀਵੇਸ਼ਨ ਜਿਹੜੀ ਟੀਚਰਸ ਨੇ ਦੇਣੀ ਹੁੰਦੀ ਆ ਐਡਮਿਨਿਸਟ੍ਰੇਸ਼ਨ ਲੈਵਲ 'ਤੇ ਅਸੀਂ ਦੇਣੀ ਹੁੰਦੀ ਆ, ਅਤੇ ਦੂਸਰੀ ਟਾਈਪ ਦੀ ਮੋਟੀਵੇਸ਼ਨ ਜਿਹੜੀ ਘਰੋਂ ਮਿਲਣੀ ਹੁੰਦੀ ਆ ਬੱਚਿਆਂ ਨੂੰ, ਦੋਨਾਂ ਦੇ ਨਾਲ ਹੀ ਪੂਰਾ ਹੁੰਦਾ ਸਰਕਲ। ਜੇ ਪਿੱਛੋਂ ਦੋਨੇ ਪਾਸਿਆਂ ਦੇ ਵਿੱਚੋਂ ਕਿਤੇ ਕੋਈ ਕਮੀ ਰਹਿ ਜਾਵੇ ਤਾਂ ਫਿਰ ਐਂਡ 'ਤੇ ਜਾ ਕੇ ਕੋਈ ਨਾ ਕੋਈ ਕਮੀ ਰਹਿ ਹੀ ਜਾਂਦੀ ਹੈ, ਤਾਂ ਅਸੀਂ ਪੇਰੈਂਟਸ ਨੂੰ ਵੀ ਮੈਂ ਕਹੂੰਗੀ ਕਿ ਓਨਾ ਹੀ ਇੰਪੋਰਟੈਂਟ ਰੋਲ ਆ ਉਹਨਾਂ ਦਾ ਵੀ, ਟੀਚਰਸ ਦਾ ਵੀ ਓਨਾ ਹੀ ਇੰਪੋਰਟੈਂਟ ਰੋਲ ਆ, ਅਤੇ ਈਵਨ ਸਟੂਡੈਂਟਸ ਦਾ ਤਾਂ ਸਭ ਤੋਂ ਵੱਧ ਇੰਪੋਰਟੈਂਟ। ਕਿੰਨੇ ਬੱਚੇ ਪੰਜਾਬ 'ਚੋਂ ਫਸਟ ਬੱਚਾ ਸਾਡੇ ਕੋਲ ਅਦਿਤੀ ਹੈ, ਅਤੇ ਉਹਦੇ ਮਾਰਕਸ 650 out of 650 ਯਾਨੀ ਕਿ 100% ਨੇ, ਅਤੇ ਦੂਸਰਾ ਬੱਚਾ ਜਿਹੜਾ ਅਲੀਸ਼ਾ ਉਹਦੇ ਮਾਰਕਸ ਨੇ 645 out of 650, ਤਾਂ 99.23% ਮਾਰਕਸ ਉਹਦੇ ਨੇ, ਤਾਂ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਨੂੰ ਮਹਿਸੂਸ ਹੋ ਰਹੀ ਹੈ ਕਿ ਅਸੀਂ ਉਹੀ ਪਿਰਤਾਂ ਜਿਹੜੀਆਂ ਪਹਿਲਾਂ ਵਾਲੀਆਂ ਕਾਇਮ ਰੱਖੀਆਂ। ਬੱਚਿਆਂ ਦੇ ਮਾਪਿਆਂ ਤੋਂ ਬਾਅਦ ਅਧਿਆਪਕ ਦੂਜੇ ਮਾਪੇ ਹੁੰਦੇ ਨੇ। ਜੇਕਰ ਬੱਚੇ ਸਹੀ ਢੰਗ ਨਾਲ ਅਧਿਆਪਕਾਂ ਦੇ ਦੱਸੇ ਗਏ ਮਾਰਗ 'ਤੇ ਚੱਲਦੇ ਨੇ ਤਾਂ ਉਹ ਇੱਕ ਦਿਨ ਜ਼ਰੂਰ ਆਪਣੇ ਮੁਕਾਮ ਹਾਸਲ ਕਰ ਲੈਂਦੇ ਨੇ। ਅਲੀਸ਼ਾ ਅਤੇ ਅਦਿਤੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਦੇ ਵਿੱਚ ਅਧਿਆਪਕਾਂ ਦਾ ਬਹੁਤ ਹੀ ਵੱਡਾ ਰੋਲ ਰਿਹਾ। ਹੱਕੀ ਟੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।